ਕਮਿਸ਼ਨਰ ਐਕਸਾਈਜ਼ ਵਿਭਾਗ ਕਪੂਰਥਲਾ ਰੇਂਜ ਬ੍ਰਾਂਚ ਦੀ ਇੰਚਾਰਜ ਹਰਦੀਪ ਕੌਰ ਭੰਬਰਾ ਉਸੇ ਤਰ੍ਹਾਂ ਐਕਸ਼ਨ ਮੋਡ ਵਿੱਚ ਸੀ ਜਿਵੇਂ ਕਪੂਰਥਲਾ ਜ਼ਿਲ੍ਹਾ ਵਿੱਚ 4 ਸਬ ਡਿਵੀਜ਼ਨਾਂ ਵਿੱਚ ਵਿਸ਼ੇਸ਼ ਸ਼ਰਾਬ ਮਾਫੀਆ ਖਿਲਾਫ ਸੀ ਵੱਡਾ ਸ਼ਰਾਬ ਮਾਫੀਆ ਸਲਾਖਾਂ ਦੇ ਪਿੱਛੇ ਪਹੁੰਚਾਇਆ ਸੀ ਸ਼ਰਾਬ ਮਾਫੀਏ ਵਿੱਚ ਦਹਿਸ਼ਤ ਪੈਦਾ ਕਰਨ ਲਈ ਇੱਕ ਚੰਗੀ ਕਾਰਜਸ਼ੀਲ ਸ਼ੈਲੀ ਰਜਿਸਟਰ ਕਰਨ ਤੋਂ ਬਾਅਦ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਵਰਕਰਾਂ ਦੇ ਨਾਲ ਐਕਸਾਈਜ਼ ਵਿਭਾਗ ਕਪੂਰਥਲਾ ਪਹੁੰਚੇ ਜਿੱਥੇ ਸਹਾਇਕ ਕਮਿਸ਼ਨਰ ਹਰਦੀਪ ਕੌਰ ਭਵਰਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਉਹਨਾਂ ਨੇ ਸਹਾਇਕ ਕਮਿਸ਼ਨਰ ਹਰਦੀਪ ਕੌਰ ਭਵਰਾ ਅਤੇ ਐਸਐਸਪੀ ਕਪੂਰਥਲਾ ਤੋਂ ਮੰਗ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਐਕਸਾਈਜ਼ ਵਿਭਾਗ ਨਸ਼ੇ ਅਤੇ ਸ਼ਰਾਬ ਮਾਫੀਆ ਖਿਲਾਫ ਮੁਹਿੰਮ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ ਪੁਲਿਸ ਵਿਭਾਗ ਆਪਸੀ ਤਾਲਮੇਲ ਬਣਾ ਕੇ ਨਸ਼ਾ ਮੁਕਤ ਬਣਾਉਣ ਹੋਰ ਸ਼ਰਾਬ ਮਾਫੀਆ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਮੈਂ ਗੁਰਮੀਤ ਲਾਲ ਬਿੱਟੂ ਪ੍ਰਧਾਨ ਏਕਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਜ਼ਿੰਮੇਵਾਰ ਸਾਥੀਆਂ ਨੂੰ ਨਾਲ ਲੈ ਕੇ ਐਕਸਾਈਜ਼ ਦੇ ਕਮਿਸ਼ਨਰ ਮੈਡਮ ਹਰਦੀਪ ਕੌਰ ਜੀ ਜੋ ਕਿ ਕਪੂਰਥਲਾ ਵਿੱਚ ਜਿਨ੍ਹਾਂ ਨੇ ਜਵਾਨੀ ਕੀਤੀ ਹੈ ਕਾਫੀ ਸਮੇਂ ਤੋਂ ਔਰ ਮੈਂ ਸਮਝਦਾ ਜੂਨ ਦੇ ਮੈਡਮ ਇੱਥੇ ਆਏ ਆ ਨਸ਼ਿਆਂ ਸੰਬੰਧੀ ਜੋ ਵੀ ਆਪਾਂ ਲੈਣ ਕਪੂਰਥਲੇ ਵਿਕਦੀ ਸੀਗੀ ਜਾਂ 2 ਨੰਬਰ ਦੀ ਸ਼ਰਾਬ ਵਿਕਦੀ ਸੀਗੀ ਉਹਦੇ ਵਾਸਤੇ ਮੈਂ ਸਮਝਦਾ ਮੈਡਮ ਜੀ ਨੇ ਕਾਫੀ ਉਪਰਾਲਾ ਕੀਤਾ ਪਿਆ ਵਾ ਔਰ ਲਗਾਤਾਰ ਡੋਰ ਟੂ ਡੋਰ ਪਿੰਡਾਂ 'ਚ ਜਾ ਕੇ ਉੱਥੋਂ ਜਾ ਕੇ ਸ਼ਰਾਬ ਜਿੱਥੇ 2 ਨੰਬਰ ਦੀ ਬਣਦੀ ਸੀਗੀ ਉਹਨਾਂ ਨੂੰ ਫੜ ਕੇ ਮੈਂ ਸਮਝਦਾ ਮੈਡਮ ਜੀ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਮੈਂ ਸਮਝਦਾ ਜੇ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੇ ਅਫਸਰ ਕੰਮ ਕਰਨ ਮੈਂ ਸਮਝਦਾ ਨਸ਼ਾ ਜਿਹੜਾ ਵਾ ਉਹ ਦਿਨਾਂ 'ਚ ਜਿਹੜਾ ਵਾ ਨਸ਼ਾ ਖਤਮ ਹੋ ਸਕਦਾ ਕਿਉਂਕਿ ਪਿਛਲੇ ਦਿਨੀ ਜੋ 118 ਮੌਤਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਤਰਨ ਤਾਰਨ ਦੇ ਵਿੱਚ ਬਟਾਲਾ ਵਿੱਚ ਹੋਈਆਂ ਜੇ ਇਹੋ ਜਿਹੇ ਅਫਸਰ ਸਾਰੇ ਪੰਜਾਬ 'ਚ ਕੰਮ ਕਰਨ ਮੈਂ ਸਮਝਦਾ ਦੁਬਾਰਾ ਜਿਹੜਾ ਵਾ ਜਿੱਦਾਂ ਦਾ ਹਾਦਸਾ ਹੋਇਆ ਉਹ ਦੁਬਾਰਾ ਜਿਹੜਾ ਵਾ ਨਹੀਂ ਹੋਣਾ ਚਾਹੀਦਾ ਔਰ ਏਕਤਾ ਪਾਰਟੀ ਨੇ ਸਮੇਂ ਸਮੇਂ 'ਤੇ ਮੈਂ ਸਮਝਦਾ ਚਾਹੇ ਨਸ਼ਾ ਕੋਈ ਵੀ ਹੈ ਚਾਹੇ ਉਹ ਲਾਹਣ ਦਾ ਵਾ 2 ਨੰਬਰ ਦੀ ਸ਼ਰਾਬ ਦਾ ਵਾ ਚਾਹੇ ਚਿੱਟੇ ਦਾ ਵਾ ਚਾਹੇ ਟੀਕਿਆਂ ਦਾ ਗੋਲੀਆਂ ਦਾ ਵਾ ਕਿਉਂਕਿ ਜਿਹੜਾ ਵੀ ਨਸ਼ਾ ਹੈਗਾ ਵਾ ਉਹ ਮੈਂ ਸਮਝਦਾ ਨੌਜਵਾਨਾਂ ਦੀ ਜ਼ਿੰਦਗੀਆਂ ਜਿਹੜੀਆਂ ਵਾ ਇਹ ਨਸ਼ਾ ਖਾਣ ਨਾਲ ਖਤਮ ਹੁੰਦੀਆਂ ਜੇ ਅਫਸਰ ਸਹੀ ਮੈਨੇ ਇਹੋ ਜਿਹਾ ਕੰਮ ਕਰਨ ਤਾਂ ਮੈਂ ਸਮਝਦਾ ਨੌਜਵਾਨਾਂ ਦੀ ਜ਼ਿੰਦਗੀਆਂ ਜਿਹੜੀਆਂ ਵਾ ਉਹ ਬਚ ਸਕਦੀਆਂ ਕਿਉਂਕਿ ਜੇ ਨੌਜਵਾਨ ਹੀ ਨਾ ਰਿਹਾ ਤਾਂ ਮੈਂ ਸਮਝਦਾ ਗਾਂ ਜਿਹੜੀ ਹੈ ਅਬਜੈਕਸ਼ਨ ਹੈਗੀ ਆ ਉਹ ਖਤਮ ਹੋ ਜਾਣੀ ਆ ਪਰ ਮੈਂ ਏਕਤਾ ਪਾਰਟੀ ਵੱਲੋਂ ਮੈਡਮ ਜੀ ਨੂੰ ਮੰਗ ਕੀਤੀ ਹੈ ਵੀ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਜਿੰਨਾ ਤੁਸੀਂ ਕੰਮ ਕੀਤਾ ਉਹ ਥੋੜ੍ਹਾ ਜਿਹਾ ਮੈਂ ਸਮਝਦਾ ਕਪੂਰਥਲੇ ਦੇ ਵਿੱਚ ਇਹਦੇ ਵੀ ਸਾਰੇ ਅਫਸਰਾਂ ਨੂੰ ਰਲ ਕੇ ਕਰਨ ਦੀ ਲੋੜ ਹੈਗੀ ਹੈ ਜੇ ਕਪੂਰਥਲੇ SSP ਸਾਹਿਬ ਜਾਂ ਮੈਡਮ ਜਾਂ DC ਇਹ ਸਾਰੇ ਅਫਸਰ ਹੇਠਲੇ ਲੈਵਲ ਦੇ ਅਫਸਰਾਂ ਨੂੰ ਗੱਲ ਕਹਿ ਦੇਣ ਕਿ ਨਸ਼ਾ ਮੁਕਤ ਆਪਾਂ ਜਿਹੜਾ ਕਪੂਰਥਲਾ ਕਰਨਾ ਇਕੱਲੇ ਅਫਸਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਪ੍ਰੀਟੀਕਲ ਲੋਕ ਜਿਹੜੇ ਹੈਗੇ ਆ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ।